ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦਾ ਸਾਡੇ ਯੂਟਿਊਬ ਚੈਨਲ 'ਤੇ ਸਵਾਗਤ ਆ ਜੀ। ਅਤੇ ਜਿਹਦਾ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਉਹ ਭਰਤੀ ਆ ਚੁੱਕੀ ਹੈ ਜੀ। ਅਫੀਸ਼ੀਅਲ ਵੈਬਸਾਈਟ ਤੋਂ ਆਪਾਂ ਨੋਟੀਫਿਕੇਸ਼ਨ ਚੱਕ ਲਿਆ ਅਤੇ ਸਭ ਤੋਂ ਪਹਿਲਾਂ ਵੀਡੀਓ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਆ। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ 'ਤੇ ਜਾਣ ਤੋਂ ਪਹਿਲਾਂ। ਸਭ ਤੋਂ ਪਹਿਲਾਂ ਤੁਹਾਡੇ ਤੱਕ ਵੀਡੀਓ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ ਅਤੇ 10/5/21 ਤੋਂ ਲੈ ਕੇ 31/5/21 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ। ਫੀਸ ਭਰਨ ਦੀ ਆਖਰੀ ਮਿਤੀ 2/6/2021 ਆ। ਅਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦੇਵਾਂ ਕਿ ਬਹੁਤ ਹੀ ਵੱਡਾ ਬਦਲਾਅ ਜਿਹੜਾ ਜੇਲ੍ਹ ਵਿਭਾਗ ਦੀ ਵਾਟਰ ਦੀ ਭਰਤੀ ਦੇ ਵਿੱਚ ਕੀਤਾ SSB ਨੇ। ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੇਗੀ। ਵੀਡੀਓ ਨੂੰ ਸ਼ੇਅਰ ਕਰ ਦਿਓ ਸਭ ਤੋਂ ਪਹਿਲਾਂ ਆਪਣੇ ਦੋਸਤਾਂ ਤੱਕ। ਅਤੇ ਇਹਦੇ ਵਿੱਚ ਜਿਹੜੀਆਂ 815 ਅਸਾਮੀਆਂ, ਜਿਵੇਂ ਕਿ ਤੁਹਾਨੂੰ ਪਤਾ ਲੱਗ ਹੀ ਚੁੱਕਿਆ ਕਿ ਵਾਟਰ ਦੇ ਲਈ ਹੈ, ਵਾਟਰ ਭਾਵ ਕਿ ਇਹਦੇ ਵਿੱਚ ਸਿਰਫ ਮੇਲ ਕੈਂਡੀਡੇਟ ਅਪਲਾਈ ਕਰ ਸਕਦੇ ਆ ਅਤੇ 32 ਅਸਾਮੀਆਂ ਮੈਟਰਨ ਦੀਆਂ ਜਿਹਦੇ ਵਿੱਚ ਸਿਰਫ ਫੀਮੇਲ ਅਪਲਾਈ ਕਰ ਸਕਦੇ ਆ। ਅਤੇ ਜਿਹੜੀਆਂ ਵਾਟਰ ਦੀਆਂ ਅਸਾਮੀਆਂ 815 ਅਸਾਮੀਆਂ, ਇਹਦੇ ਵਿੱਚ ਫੀਮੇਲ ਦੀ ਕੋਈ ਵੀ ਰਿਜ਼ਰਵੇਸ਼ਨ ਨਹੀਂ ਹੈ। ਇੱਥੇ ਇਹਨਾਂ ਨੇ ਸਾਫ਼ ਲਿਖਿਆ, ਤੁਸੀਂ ਦੇਖ ਸਕਦੇ ਹੋ, ਵਾਟਰ ਇਸ ਅਸਾਮੀ ਵਿਰੁੱਧ ਕੇਵਲ ਪੁਰਖ ਉਮੀਦਵਾਰ ਹੀ ਅਪਲਾਈ ਕਰ ਸਕਦੇ ਹਨ। ਠੀਕ ਹੈ ਜੀ। ਤਾਂ ਇੰਪੋਰਟੈਂਟ ਡੇਟਸ ਮੈਂ ਤੁਹਾਨੂੰ ਦੱਸ ਦਿੱਤੀਆਂ ਨੇ। ਜੇਲ੍ਹ ਵਿਭਾਗ ਦੇ ਵਿੱਚ ਆ, ਜੇਲ੍ਹ ਵਿਭਾਗ ਦੇ ਵਿੱਚ ਗਰੁੱਪ ਸੀ ਦੀ ਇਹ ਪੋਸਟ ਹੈ ਦੋਸਤੋ। ਅਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕੁਆਲੀਫਿਕੇਸ਼ਨ ਦੀ ਗੱਲ ਕਰਾਂਗੇ। ਕੁਆਲੀਫਿਕੇਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ +2 ਪਾਸ ਕੀਤੀ ਹੋਵੇ, ਅਤੇ +2 ਪਾਸ ਦੇ ਨਾਲ ਤੁਹਾਡਾ 10ਵੀਂ ਦੇ ਵਿੱਚ ਪੰਜਾਬੀ ਪਾਸ ਹੋਣੀ ਜ਼ਰੂਰੀ ਆ। ਠੀਕ ਹੈ ਜੀ। ਉਸ ਤੋਂ ਇਲਾਵਾ ਦੋਸਤੋ, ਜੋ ਫਿਜ਼ੀਕਲ ਮਈਅਰਮੈਂਟ ਟੈਸਟ ਹੋਣਾ ਤੁਹਾਡਾ, ਉਹਦੇ ਵਿੱਚ ਦੋਸਤੋ ਸਭ ਤੋਂ ਪਹਿਲਾਂ ਕੱਦ ਦੀ ਗੱਲ ਕਰੀਏ, 5'7" ਤੁਹਾਡੀ ਹਾਈਟ ਹੋਣੀ ਚਾਹੀਦੀ ਆ। ਅਤੇ ਜੇਕਰ ਕੋਈ ਡੋਗਰਾ ਜਾਂ ਗੋਰਖਾ ਨੂੰ ਬਿਲੋਂਗ ਕਰਦਾ ਤਾਂ ਉਹਨਾਂ ਲਈ 5'4" ਹੈ। ਬਾਕੀ ਸਭ ਲਈ, ਚਾਹੇ SC ਹੈ, BC ਹੈ, ਜਨਰਲ ਹੈ, 5'7" ਹੈ ਜਿਹੜੇ ਪੰਜਾਬ ਨੂੰ ਬਿਲੋਂਗ ਕਰਦੇ ਆ। ਨੈਕਸਟ ਦੋਸਤੋ, ਚੈਸਟ ਮੰਗੀ ਆ ਇਹਦੇ 'ਚ 33" ਅਨਐਕਸਪੈਂਡਡ ਅਤੇ 34" ਐਕਸਪੈਂਡਡ, ਭਾਵ ਕਿ ਫੈਲਾ ਕੇ 34" ਇੰਚ ਤੁਹਾਡੀ ਚੈਸਟ ਹੋਣੀ ਚਾਹੀਦੀ ਹੈ। ਵਿਜ਼ਨ ਦੀ ਗੱਲ ਕਰੀਏ, ਨੋਰਮਲ ਹੋਣਾ ਚਾਹੀਦਾ ਵਿਜ਼ਨ ਤੁਹਾਡਾ ਬੋਥ ਹਾਈਜ਼ ਦੇ ਵਿੱਚ। ਠੀਕ ਹੈ ਜੀ। ਅੱਗੇ ਉਸ ਤੋਂ ਬਾਅਦ ਫਿਜ਼ੀਕਲੀ ਐਫੀਸ਼ੀਐਂਸੀ ਟੈਸਟ ਦੀ ਗੱਲ ਕਰੀਏ ਤਾਂ ਕਾਫ਼ੀ ਵੱਡਾ ਬਦਲਾਅ ਇਹਦੇ ਵਿੱਚ ਕੀਤਾ SSB ਨੇ। ਸਭ ਤੋਂ ਪਹਿਲਾਂ ਇਹਦੇ ਵਿੱਚ 100 ਮੀਟਰ ਤੁਹਾਡੀ ਰਨਿੰਗ ਹੋਣੀ ਹੈ ਜੀ, ਸਿਰਫ 100 ਮੀਟਰ ਹੋਣੀ ਹੈ। 1600 ਮੀਟਰ ਇਹਦੇ ਵਿੱਚ ਨਹੀਂ ਹੋਣੀ, ਪਿਛਲੀ ਵਾਰ 1600 ਮੀਟਰ ਸੀਗੀ, ਇਸ ਵਾਰ ਸਿਰਫ 100 ਮੀਟਰ ਰਨਿੰਗ ਤੁਹਾਡੀ ਹੋਣੀ ਹੈ। ਅਤੇ 15 ਸੈਕਿੰਡ ਦੇ ਵਿੱਚ ਤੁਸੀਂ ਲਗਾਉਣੀ ਹੈ, ਇੱਕ ਚਾਂਸ ਮਿਲੇਗਾ ਤੁਹਾਨੂੰ। ਨੈਕਸਟ ਦੋਸਤੋ, ਤੁਸੀਂ ਸ਼ਾਰਟ ਪੁੱਟ ਡਿੱਗਣਾ, ਗੋਲਾ ਸੁੱਟਣਾ, 7.26 ਕਿਲੋ ਦਾ ਗੋਲਾ ਹੋਏਗਾ, 16 ਪਾਉਂਡ ਦਾ ਲਗਭਗ, ਅਤੇ 5.5 ਮੀਟਰ ਸੁੱਟਣਾ ਉਹਦੀ ਲੰਬਾਈ ਹੋਣੀ ਚਾਹੀਦੀ ਹੈ। ਜਿੰਨੀ ਦੂਰ ਜਾਣਾ ਉਹ 5.5 ਮੀਟਰ ਤੱਕ ਜਾਣਾ ਚਾਹੀਦਾ, 3 ਚਾਂਸ ਮਿਲਣਗੇ। ਰੋਪ ਕਲਾਈਂਬਿੰਗ ਤੁਸੀਂ ਕਰਨੀ ਆ, 15 ਫੁੱਟ ਦੀ ਰੋਪ ਕਲਾਈਂਬਿੰਗ ਕਰਨੀ ਆ, 3 ਚਾਂਸ ਮਿਲਣਗੇ। ਠੀਕ ਹੈ ਜੀ। ਤਾਂ ਇਹ ਵੀ ਤੁਹਾਨੂੰ ਬਾਅਦ ਦੇ ਵਿੱਚ ਡਿਟੇਲ ਦੇ ਵਿੱਚ ਦੱਸਾਂਗੇ। ਅਤੇ ਐਕਸ ਸਰਵਿਸਮੈਨ ਦੇ ਲਈ ਵੀ ਇੱਥੇ ਦੱਸਿਆ ਗਿਆ, ਐਕਸ ਸਰਵਿਸਮੈਨ ਆਪਣਾ ਚੈੱਕ ਕਰ ਲੈਣ, ਨੋਟੀਫਿਕੇਸ਼ਨ ਦਾ ਲਿੰਕ ਦੇ ਦਾਂਗੇ ਤੁਹਾਨੂੰ ਡਿਸਕ੍ਰਿਪਸ਼ਨ 'ਚ। ਅੱਗੇ ਆ ਗਏ ਦੋਸਤੋ, ਮੈਟਰਨ ਦੀਆਂ ਜਿਹੜੀਆਂ ਪੋਸਟਾਂ ਦੇ ਲਈ ਵੀ ਕੁਆਲੀਫਿਕੇਸ਼ਨ ਸੇਮ ਹੈ। ਅਤੇ ਫਿਜ਼ੀਕਲ ਮੇਜਰਮੈਂਟ ਦੀ ਗੱਲ ਕਰੀਏ ਤਾਂ ਵੇਟ ਆ ਜਿਹੜਾ ਮੈਟਰਨ ਦਾ 50 ਕਿਲੋ ਜਾਂ 50 ਕਿਲੋ ਤੋਂ ਵੱਧ ਹੋਣਾ ਚਾਹੀਦਾ। ਅਤੇ ਹਾਈਟ ਆ ਜਿਹੜੀ 5'3" ਹੋਣੀ ਚਾਹੀਦੀ ਹੈ ਘੱਟੋ ਘੱਟ। ਅਤੇ ਉਸ ਤੋਂ ਬਾਅਦ ਵਿਜ਼ਨ ਆ ਨੋਰਮਲ ਹੋਣਾ ਚਾਹੀਦਾ ਬੋਥ ਹਾਈਜ਼ ਦਾ। ਨੈਕਸਟ ਦੋਸਤੋ, ਫਿਜ਼ੀਕਲੀ ਐਫੀਸ਼ੀਐਂਸ ਆ ਜਿਹੜਾ ਫੀਮੇਲ ਦੇ ਲਈ, ਉਹਦੇ ਲਈ 100 ਮੀਟਰ ਰਨਿੰਗ ਹੈ 18.5 ਸੈਕਿੰਡ ਦੇ ਵਿੱਚ, ਮਤਲਬ 18.5 ਸੈਕਿੰਡ ਦੇ ਵਿੱਚ 1 ਚਾਂਸ 'ਚ। ਸ਼ਾਰਟ ਪੁੱਟ 5.44 ਕਿਲੋ ਦਾ, 12 ਪਾਉਂਡ ਦਾ, 4 ਮੀਟਰ ਦੀ ਜਿਹੜੀ ਲੰਬਾਈ 'ਤੇ ਸੁੱਟਣਾ, 3 ਚਾਂਸ ਮਿਲਣਗੇ। ਰੋਪ ਕਲਾਈਂਬਿੰਗ 12 ਫੁੱਟ ਦੀ ਹੈ, 3 ਚਾਂਸ ਮਿਲਣਗੇ। ਤਾਂ ਕਾਫ਼ੀ ਵੱਡਾ ਬਦਲਾਅ ਜਿਹੜਾ SSB ਵੱਲੋਂ ਕੀਤਾ ਗਿਆ। ਅਤੇ ਇਹਦੇ ਵਿੱਚ ਦੋਸਤੋ ਕੈਟੇਗਰੀ ਵਾਈਜ਼ ਤੁਸੀਂ ਚੈੱਕ ਕਰ ਸਕਦੇ ਹੋ। ਜਨਰਲ ਦੀਆਂ 352 ਅਸਾਮੀਆਂ ਬਣਦੀਆਂ ਮੇਲ ਕੈਂਡੀਡੇਟਸ ਦੇ ਲਈ 815 ਦੇ ਵਿੱਚੋਂ, ਅਤੇ ਬਾਕੀ ਆਪਣੀਆਂ ਚੈੱਕ ਕਰ ਲਓ ਕੈਟੇਗਰੀ ਵਾਈਜ਼। ਫੀਮੇਲ ਦੀਆਂ ਇੱਧਰ 32 ਦੇ ਵਿੱਚੋਂ ਅੱਡ ਦਿੱਤੀਆਂ ਗਈਆਂ ਨੇ। ਠੀਕ ਹੈ ਜੀ। ਹੁਣ ਨੈਕਸਟ ਜਿਹੜਾ ਮੋਸਟ ਇੰਪੋਰਟੈਂਟ ਆ ਕਿ ਏਜ ਕਿੰਨੀ ਹੋਏਗੀ ਇਹਦੇ 'ਚ। ਤਾਂ ਏਜ ਜਿਹੜੀ ਆਪਾਂ ਅੰਦਾਜ਼ਾ ਲਗਾ ਰਹੇ ਸੀ ਪਿਛਲੀ ਵਾਰ ਜਿਹੜੀ ਏਜ ਸੀ ਉਹ 18-25 ਸੀ, ਬਟ ਇਸ ਵਾਰ ਜਿਹੜੀ ਏਜ ਰੱਖੀ ਗਈ ਆ ਉਹ 18-27 ਸਾਲ ਰੱਖੀ ਗਈ ਆ ਦੋਸਤੋ। ਅਤੇ ਏਜ ਤੁਸੀਂ ਦੇਖ ਸਕਦੇ ਹੋ ਜਨਰਲ ਵਾਸਤੇ 18-27 ਸਾਲ ਆ। ਇਹ ਤੁਹਾਡੀ 1/1/2021 ਦੇ ਅਨੁਸਾਰ ਹੋਣੀ ਚਾਹੀਦੀ ਆ। ਠੀਕ ਆ। ਆਪਣੀ ਡੇਟ ਆਫ ਬਰਥ ਅਤੇ 1/1/2021 ਦੇ ਅਨੁਸਾਰ ਏਜ ਕੈਲਕੂਲੇਟਰ ਨਾਲ ਏਜ ਆਪਣੀ ਕੈਲਕੂਲੇਟ ਕਰਕੇ ਦੇਖ ਲਓ। ਅਤੇ SC ਅਤੇ BC ਵਾਲੇ ਕੈਂਡੀਡੇਟ 32 ਸਾਲ ਤੱਕ ਅਪਲਾਈ ਕਰ ਸਕਦੇ ਆ। ਠੀਕ ਆ ਜੀ। ਹੋਰ ਕੈਟੇਗਰੀਜ਼ ਦੀ ਵੀ ਰਿਜ਼ਰਵੇਸ਼ਨ ਦਿੱਤੀ ਗਈ ਹੈ, ਏਜ ਦੀ ਆਪਣੀ ਚੈੱਕ ਕਰ ਲੈਣਾ। ਨੈਕਸਟ ਦੋਸਤੋ, ਮੈਟਰਨ ਦੇ ਲਈ ਵੀ 18-27 ਸਾਲ ਆ ਗਰਲਸ ਦੇ ਲਈ, ਅਤੇ ਗਰਲਸ ਦੇ ਲਈ SC BC ਜਿਹੜੀਆਂ ਗਰਲਸ ਨੇ ਉਹਨਾਂ ਦੇ ਲਈ ਵੀ 32 ਸਾਲ ਜਿਹੜੀ ਏਜ ਹੋਏਗੀ। ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਦੋਸਤੋ, ਫੀਸ ਦੇ ਵੇਰਵੇ ਦੀ ਗੱਲ ਕਰੀਏ, 1000 ਰੁਪਇਆ ਜਨਰਲ ਦੀ ਫੀਸ ਹੈ, ਖਿਡਾਰੀ ਸੁਤੰਤਰਤਾ ਸੰਗਰਾਮੀ ਆ ਗਏ ਇਹਦੇ 'ਚ, SC BC EWS 250, ਸਾਬਕਾ ਫੌਜੀ ਅਤੇ ਆਸ਼ਰਿਤ ਦੀ 200। ਅਤੇ ਇਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਚੋਣ ਵਿਧੀ ਦੇ ਵਿੱਚ ਇਹਨਾਂ ਦਾ ਇੱਕ ਓਬਜੈਕਟਿਵ ਟਾਈਪ ਲਿਖਤੀ ਪ੍ਰੀਖਿਆ ਲਈ ਜਾਏਗੀ। ਠੀਕ ਹੈ ਜੀ। ਅਤੇ ਯੋਗ ਉਮੀਦਵਾਰਾਂ ਦੀ ਚੋਣ ਕਰਨ ਲਈ ਲਿਖਤੀ ਪ੍ਰੀਖਿਆ ਵਿੱਚੋਂ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਸਾਂਝੀ ਮੈਰਿਟ ਸੂਚੀ ਤਿਆਰ ਕੀਤੀ ਜਾਵੇਗੀ। ਉਪਰੋਕਤ ਦਰਸਾਈਆਂ ਅਸਾਮੀਆਂ ਵਾਸਤੇ ਵਿਚਾਰੇ ਜਾਣ ਲਈ ਹਰ ਸ਼੍ਰੇਣੀ ਦੇ ਉਮੀਦਵਾਰ ਲਈ ਓਬਜੈਕਟਿਵ ਟਾਈਪ ਲਿਖਤੀ ਪ੍ਰੀਖਿਆ ਵਿੱਚੋਂ ਘੱਟੋ ਘੱਟ 40% ਅੰਕ
ਪਾਸ ਮਾਰਕਸ ਨੇ ਜਿਹੜੇ ਲੈਣੇ ਜ਼ਰੂਰੀ ਨੇ। ਮੈਂ ਵੀਡੀਓ ਵਿੱਚ ਰੋਕਦੇ ਹੋਏ ਤੁਹਾਨੂੰ ਦੱਸ ਦੇਵਾਂ ਕਿ ਦੋਸਤੋ ਜੇਕਰ ਤੁਸੀਂ ਸਾਡੇ ਥਰੂ ਅਪਲਾਈ ਕਰਵਾਉਣਾ ਚਾਹੁੰਦੇ ਹੋ, ਘਰ ਬੈਠੇ ਅਪਲਾਈ ਕਰਵਾ ਸਕਦੇ ਹੋ, ਲੋਕਡਾਊਨ ਦਾ ਸਮਾਂ ਚੱਲ ਰਿਹਾ, ਆਪਣੇ ਡਾਕੂਮੈਂਟ ਸਾਨੂੰ ਵਟਸਐਪ ਕਰ ਸਕਦੇ ਹੋ, ਫੀਸ ਗੂਗਲ ਪੇ ਜਾਂ ਪੇਟੀਐਮ ਕਰ ਸਕਦੇ ਹੋ, ਤੁਹਾਡਾ ਘਰ ਬੈਠੇ ਫੋਰਮ ਜਿਹੜਾ ਅਪਲਾਈ ਕਰ ਦੇਵਾਂਗੇ, ਅਤੇ ਬਾਕੀ ਅਪਲਾਈ ਕਰਨ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਵੀ ਦੇ ਦਾਂਗੇ। ਅਤੇ ਇਸ ਤੋਂ ਬਾਅਦ ਦੋਸਤੋ ਅੱਗੇ ਇਹਨਾਂ ਨੇ ਕਾਫੀ ਸਾਰੀਆਂ ਇੰਸਟਰਕਸ਼ਨਸ ਦਿੱਤੀਆਂ ਹੋਈਆਂ ਨੇ, ਇਹ ਤੁਸੀਂ ਆਪਣੀਆਂ ਚੈੱਕ ਕਰ ਲੈਣੀਆਂ ਨੇ ਬੜੇ ਧਿਆਨ ਨਾਲ, ਠੀਕ ਹੈ ਜੀ। ਇਹਦੇ ਲਈ ਆਪਾਂ ਅਲੱਗ ਤੋਂ ਵੀ ਇੱਕ ਵੀਡੀਓ ਹੋਰ ਲੈ ਕੇ ਆਉਣ ਦੀ ਵੀ ਕੋਸ਼ਿਸ਼ ਕਰਾਂਗੇ। ਅਤੇ ਇਹਦੇ ਵਿੱਚ ਦੋਸਤੋ ਜੋ ਤੁਹਾਡਾ ਓਬਜੈਕਟਿਵ ਟਾਈਪ ਟੈਸਟ ਹੋਏਗਾ, ਇਹਦੇ ਵਿੱਚੋਂ 3 ਗੁਣਾ ਕੈਂਡੀਡੇਟ ਸ਼ਾਰਟਲਿਸਟ ਕੀਤੇ ਜਾਣਗੇ ਸਰੀਰਕ ਯੋਗਤਾ ਟੈਸਟ ਵਾਸਤੇ, ਭਾਵ ਕਿ ਜੇਕਰ 800 ਪੋਸਟਾਂ ਦਾ 2400 ਕੈਂਡੀਡੇਟ ਸ਼ਾਰਟਲਿਸਟ ਕੀਤੇ ਜਾਣਗੇ ਫਿਜ਼ੀਕਲ ਦੇ ਲਈ, ਠੀਕ ਹੈ ਜੀ। ਤਾਂ ਆਪਣੀ ਫਿਜ਼ੀਕਲ ਦੀ ਵੀ ਤੁਸੀਂ ਨਾਲ ਨਾਲ ਤਿਆਰੀ ਰੱਖਣੀ ਆ। ਉਸ ਤੋਂ ਬਾਅਦ ਦੋਸਤੋ ਓਬਜੈਕਟਿਵ ਟਾਈਪ ਪ੍ਰੀਖਿਆ ਦਾ ਜਿਹੜਾ ਸਿਲੇਬਸ ਹੈ ਉਹਦੀ ਵੈਬਸਾਈਟ 'ਤੇ ਆ ਜਾਏਗਾ ਬਾਅਦ ਦੇ ਵਿੱਚ, ਅਤੇ ਅਪਲਾਈ ਹੋਣ ਦਾ ਲਿੰਕ ਜਿਹੜਾ ਜਲਦੀ ਹੀ ਐਕਟਿਵ ਹੋ ਜਾਏਗਾ, ਜਦੋਂ ਵੀ ਐਕਟਿਵ ਹੁੰਦਾ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਏਗਾ। ਅਤੇ ਬਾਕੀ ਹੋਰ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ, ਬਣੇ ਰਹੋ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।